ਦੇਖੋ ਜਿਹੜੀ ਸਿੰਘਪੁਰਾ ਰੋਡ ਆ, ਮੈਂ ਉਹਨੂੰ ਇਸ ਗੱਲ ਦਾ ਪੁੱਛਿਆ ਅਤੇ ਉਹਦੇ 'ਤੇ ਸਾਰੇ ਅਫਸਰਾਂ ਦੇ ਸਾਈਨ ਹੋਏ ਹੋਏ ਆ, ਸਾਰੇ ਪੈਸੇ ਪਾਸ ਹੋਏ ਹੋਏ ਆ। ਪ੍ਰਧਾਨ ਸਾਹਿਬ ਜਿਹੜੇ ਹੈਗੇ ਨੇ ਇੱਥੋਂ ਦੇ ਜੀਤੀ, ਉਹ ਜਿਹੜੇ ਹੈਗੇ ਨੇ ਸਾਈਨ ਨਹੀਂ ਕਰ ਰਹੇ ਉਹਦੇ 'ਤੇ। ਕਿਉਂ ਨਹੀਂ ਕਰ ਰਹੇ ਬਈ? ਜੇਬ 'ਚੋਂ ਪੈਸੇ ਥੋੜ੍ਹੀ ਲਾਉਣੇ ਆ, ਲੋਕਾਂ ਦੇ ਪੈਸੇ ਨੇ। ਕਾਹਦੀ ਸਿਆਸਤ ਹੈ ਇਹ? ਵੀ ਇਹ ਦੱਸਣਾ ਵੀ ਆਮ ਆਦਮੀ ਪਾਰਟੀ ਸਰਕਾਰ 'ਚ ਦੇਖੋ ਕੰਮ ਨਹੀਂ ਹੋ ਰਿਹਾ, ਸੀ ਸਾਈਨ ਤੁਸੀਂ ਨਹੀਂ ਕਰ ਰਹੇ। ਤੁਹਾਨੂੰ ਅੱਜ ਤੱਕ ਕਦੇ ਇਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਜੇ ਤੁਹਾਡੀ ਅਗਲੇ ਪਿਛਲੇ ਇਲੀਗਲ ਕੰਮਾਂ ਦਾ ਡਾਟਾ ਮੈਂ ਉੱਤੇ ਮਿਹਨਤ ਕਰ ਲਈ ਤੇ ਫਿਰ ਤੁਸੀਂ ਸਾਈਨ ਵੀ ਕਰਨੇ ਤੇ ਸਾਰਾ ਕੁਝ ਕਰਨਾ। ਸੋ ਮੈਨੂੰ ਉਸ ਰਾਹ ਨਾ ਪਾਓ, ਲੋਕਾਂ ਦੇ ਕੰਮ 'ਚ ਡਿੱਕਾ ਨਾ ਪਾਓ। ਜੇ ਤੁਸੀਂ ਲੋਕਾਂ ਦਾ ਕੰਮ ਰੋਕਿਆ, ਕਿਸੇ ਵੀ ਪ੍ਰਧਾਨ ਨੇ, ਮੇਰੀਆਂ 3 ਕਮੇਟੀਆਂ ਨੇ, ਕਿਸੇ ਵੀ ਪ੍ਰਧਾਨ ਦੀ ਕੋਈ ਵੀ ਕੰਪਲੇਂਟ ਮੇਰੇ ਕੋਲ ਆ ਗਈ ਕਿ ਮੌਜੂਦਾ ਉਹ ਕੰਮ ਦੇ ਵਿੱਚ ਦਿੱਕਤ ਪਾ ਰਿਹਾ, 92 ਸੀਟਾਂ ਦੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਹੈ, ਕਿਸੇ ਵਹਿਮ 'ਚ ਨਾ ਰਹੋ। ਤੁਹਾਨੂੰ ਭਜਾਉਣਾ ਬਹੁਤ ਹੈ, ਮੈਂ ਚੰਗੇ ਤਰੀਕੇ ਨਾਲ ਭਜਾਉਣਾ। ਮੈਮ, ਜਿਹੜੀ ਸੜਕ ਪਾਸ ਹੋਈ ਹੈ ਕੁਰਾਲੀ ਨਗਰ ਕੌਂਸਲ ਦੀ, ਹੱਦਬੰਦੀ ਤੱਕ ਹੀ ਹੋਈ ਹੈ, ਜਦੋਂ ਕਿ ਲਿੰਕ ਰੋਡ ਘੜੂਏ ਤੱਕ ਮਿਲਦਾ ਜਾ ਕੇ ਜੀ, ਕਾਫੀ ਪਿੰਡ ਜੁੜੇ ਹੋਏ ਨੇ ਤੇ ਕਾਫੀ ਜ਼ਿਆਦਾ ਰੋਡ ਦੀ ਖਸਤਾ ਹਾਲਤ ਦੇਖੀ ਜਾਂਦੀ ਹੈ। ਕਿਆ ਸਰਕਾਰ ਵੱਲੋਂ ਇਹ ਘੜੂਏ ਤੱਕ ਰੋਡ ਨਹੀਂ ਬਣ ਸਕਦੀ? ਕਿਉਂ ਨਹੀਂ ਬਣਾਓ? ਬਣਾਵਾਂਗੇ ਜੀ, ਬਣਾਵਾਂਗੇ, ਸਾਰਾ ਕੁਝ ਬਣਾਵਾਂਗੇ। ਜਿਹੜੀ ਚੀਜ਼ ਜਿੱਥੋਂ ਤੱਕ ਹੋ ਸਕਦੀ ਹੈ ਕਾਨੂੰਨੀ ਤੌਰ ਉੱਤੇ ਸਾਰੇ ਕੰਮ ਕੀਤੇ ਜਾਣਗੇ। ਇੱਕ ਤਰੀਕੇ ਨਾਲ ਇੱਥੋਂ ਤੱਕ ਹੋ ਸਕਦੀ ਹੈ, ਦੂਜਾ ਤਰੀਕਾ ਲੱਭਾਂਗੇ। ਕੋਈ ਕੰਮ ਇੰਪੋਸੀਬਲ ਨਹੀਂ ਹੈਗਾ। ਥੱਲੇ ਕੰਮ ਕਰਨ ਵਾਲਾ ਅਫਸਰ ਮਿਹਨਤੀ ਹੋਵੇ ਤੇ ਗਾਹਾਂ ਥੱਲੇ ਜਿਹੜਾ ਲੋਕਲ ਪੋਲੀਟੀਕਲ ਬੰਦਾ ਉਹ ਮਿਹਨਤੀ ਹੋਣਾ ਚਾਹੀਦਾ। ਜੇ ਇਰਾਦਾ ਕੰਮ ਕਰਨ ਦਾ, ਸੇਵਾ ਭਾਵਨਾ ਹੈਗੀ ਹੈ, ਜੇ ਇਹ ਸੱਚ ਪਤਾ ਹੋਵੇ ਵੀ ਸੇਵਾ ਕਬੂਲ ਹੁੰਦੀ ਹੈ, ਲੋਕਾਂ ਨੂੰ ਪਰੇਸ਼ਾਨ ਕਰਕੇ ਕਿਸੇ ਨੂੰ ਸਫਲਤਾ ਨਹੀਂ ਮਿਲੀ। ਲੋਕਾਂ ਦਾ ਜਿੱਥੇ ਕੰਮ ਹੁੰਦਾ ਉੱਥੇ ਸਿਆਸਤਾਂ ਨਹੀਂ ਕਰੀ ਦੀਆਂ ਹੁੰਦੀਆਂ। ਕੋਈ ਚੰਗਾ ਕੰਮ ਕਰਨ ਵਾਲਾ ਕਿਸੇ ਵੀ ਪਾਰਟੀ ਦਾ ਹੋਵੇ, ਅਸੀਂ ਤਾਂ ਐਪਰੀਸ਼ੀਏਟ ਕਰਦੇ ਹਾਂ। ਹਰੇਕ ਪਿੰਡ 'ਚ, ਮੇਰੇ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਦੇਖੋ, ਕਈ ਪਿੰਡਾਂ 'ਚ ਕਰੋੜਾਂ ਰੁਪਈਏ ਦੀਆਂ ਗ੍ਰਾਂਟਾਂ ਦਿੱਤੀਆਂ ਨੇ। ਚਾਹੇ ਜਿਹੜਾ ਮਰਜ਼ੀ ਸਰਪੰਚ ਆ, ਮੈਂ ਕਹਿੰਦੀ ਹਾਂ ਕੰਮ ਕਰੋ, ਪੈਸਾ ਲਾਓ, ਸਰਕਾਰ ਪੈਸਾ ਦੇਣ 'ਚ ਕਮੀ ਨਹੀਂ ਛੱਡਦੀ। ਪਰ ਜੇ ਤੁਸੀਂ ਇਹ ਸੋਚਣਾ ਵੀ ਪੁਰਾਣਾ ਫਲਾਣੇ ਦੀ ਗਲੀ ਨਹੀਂ ਪੱਕੀ ਕਰਾਉਣੀ, ਉਹ ਇੱਟਾਂ ਇੰਟਰਲੋਕ ਇੱਟਾਂ ਲਾ ਲਈਆਂ, ਇੰਟਰਲੋਕ ਇੱਟਾਂ ਪੱਟ ਲਈਆਂ, ਮੇਰੇ ਹਲਕੇ 'ਚ ਇਹ ਕੰਮ ਨਹੀਂ ਚੱਲਣਾ। ਰੁਪਈਆ ਮੈਂ ਕਿਸੇ ਤੋਂ ਮੰਗਦੀ ਨਹੀਂ ਹਾਂ, ਰੁਪਈਆ ਖਾਣਾ ਨਹੀਂ ਹੈ, ਖਾਣ ਮੈਂ ਤੁਹਾਨੂੰ ਵੀ ਨਹੀਂ ਦੇਣਾ। ਇਹ ਯਾਦ ਰੱਖਿਓ, ਚਾਹੇ ਕੋਈ ਸਰਕਾਰੀ ਬੰਦਾ, ਫਿਰ ਚਾਹੇ ਪੋਲੀਟੀਕਲ ਬੰਦਾ, ਮੇਰੇ ਹਲਕੇ 'ਚ ਲੋਕਾਂ ਦੇ ਕੰਮਾਂ 'ਚ ਕਿਸੇ ਨੇ ਡਿੱਕਾ ਉਡਾਇਆ, ਕਿਸੇ ਨੇ ਮਿਹਨਤ ਨਾ ਕੀਤੀ, ਮੈਂ ਬਹੁਤ ਭਜਾਉਣਾ। ਮੈਂ ਇਸੇ ਕੰਮ 'ਤੇ ਹਾਂ, ਤੁਹਾਡੇ 'ਤੇ ਹਾਂ। ਡਿਪਾਰਟਮੈਂਟ ਮੈਂ ਸਾਰੇ ਮਿਹਨਤ ਕੀਤੀ ਆ, 2 ਸਾਲ ਬੜੇ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਤੇ ਹੁਣ ਪੂਰਾ ਧਿਆਨ ਮੇਰਾ ਹਲਕੇ 'ਚ ਹੈ। ਇਹ ਗੱਲ ਨੂੰ ਮੇਰੇ ਲਾਈਟ ਨਾ ਲਿਓ, ਮੈਂ ਮਿਹਨਤ ਸਟਾਰਟ ਕਰ ਦਿੱਤੀ ਆ ਤੁਹਾਡੇ ਹਾਲਾਤ ਦੇਖ ਕੇ। ਮੈਡਮ, ਆਪਣੇ ਬਿਲਕੁਲ ਨਾਲ ਲੱਗਦਾ ਹੈ ਕੁਰਾਲੀ ਦਾ ਸਭ ਤੋਂ ਵੱਡਾ ਗਰਾਊਂਡ ਹੈ, ਜਿਸ ਦੀ ਤੁਸੀਂ ਵਿਚਾਰ ਚਰਚਾ ਵੀ ਕੀਤੀ ਆ, ਉਸ ਦੇ ਵਿੱਚ ਕਾਫੀ ਡਿਮਾਂਡ ਵੀ ਆਈਆਂ ਨੇ, ਲੇਕਿਨ ਤੁਸੀਂ ਹੁਣ ਜਾ ਕੇ ਦੇਖੋ ਬਿਲਕੁਲ ਅੰਧੇਰਾ ਛਾਇਆ ਪਿਆ ਹੈ ਤੇ 5 ਲੱਖ ਦੀ ਇਸਦੀ ਅਮਾਊਂਟ ਵੀ ਜਿਹੜੀ ਐਮ ਪੀ ਲੈਂਡ ਫੰਡ ਦੇ ਵਿੱਚ ਅਨਾਊਂਸ ਹੋਈ ਸੀ, ਉਹ ਆਈ ਜਾਂ ਨਹੀਂ ਆਈ ਹਜੇ ਤੱਕ ਨਹੀਂ, ਕਿਉਂਕਿ ਲਗਾਤਾਰ ਜਿਹੜੇ ਗਰਾਊਂਡ ਚਲਾਉਂਦੇ ਨੇ ਲਾਈਟਾਂ ਦੇ ਲਈ ਜੀ, ਤੇ ਉਹ ਅਜੇ ਤੱਕ ਕੁਝ ਵੀ ਨਹੀਂ ਆਇਆ। ਲਾਈਟਾਂ ਲਵਾ ਦੇ ਰਹੇ ਹਾਂ ਜੀ, ਲਾਈਟਾਂ ਕੁਝ ਕੰਮ ਜਿਹੜੇ ਇਮੀਡੀਏਟ ਹੋ ਸਕਦੇ ਨੇ ਉਹਦੀ। ਰਾਣਾ ਜੀ, ਹਾਂਜੀ, ਕੀ ਰਿਪੋਰਟ ਹੈ ਇਹਦੀ, ਕਿੱਥੇ ਖੜੇ ਇਹ ਜਿਹੜਾ 5 ਲੱਖ ਦੀ ਗ੍ਰਾਂਟ ਆਈ ਹੈ? ਮੈਡਮ, ਬਸ ਚੋਣ ਜਾਬਤਾ ਲੱਗੇ, ਉਹ ਕੰਮ ਸ਼ੁਰੂ ਹੋ ਜਾਏਗਾ। ਅੱਛਾ, ਕਿਤੇ ਕਰਵਾ ਦੇਵਾਂਗੇ ਜੀ, ਕੋਈ ਨਹੀਂ, ਜੇ ਪਾਸ ਹੋਇਆ ਪਿਆ ਤਾਂ ਹੁਣੀ ਹੋ ਜਾਊਗਾ, ਕੋਈ ਗੱਲ ਨਹੀਂ, ਉਹ ਹੁਣੇ 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 ਹੋ ਜਾਣਾ। ਉਹ ਜਿਹੜੀ ਚੀਜ਼ ਦਾ ਫੰਡ ਆਇਆ ਪਿਆ, ਕੁਝ ਨਵਾਂ ਨਹੀਂ ਅਨਾਊਂਸ ਕਰ ਸਕਦੇ ਤੇ, ਪਰ ਡਿੱਕਾ ਨਾ ਡਾਉਣ ਜੀ। ਮੈਂ ਡਿੱਕੇ ਵਾਲੇ ਬੰਦੇ, 2 ਸਾਲ ਤੁਹਾਨੂੰ ਦਿੱਤੇ ਨੇ, ਡਿੱਕੇ ਨਾ ਡਾਇਓ, ਮੈਂ ਬਹੁਤ ਡਿੱਕੇ ਪਾਉਣੇ ਆ ਗਰਾਊਂਡ ਦੇ ਵਿੱਚ, ਜਿਸ ਤਰ੍ਹਾਂ ਚੰਦੋ ਦੇ ਵਿੱਚ ਵੀ ਕੁਝ ਨਦੀ ਚ ਪ੍ਰਾਈਵੇਟ ਕਲੋਨੀ ਕੱਟੀ ਜਾ ਰਹੀ ਹੈ। ਨਹੀਂ, ਮੈਂ ਇਸ ਚੀਜ਼ ਦਾ ਸ਼ੁਰੂ ਹੋ ਗਈ ਹੈ, ਪ੍ਰੋਜੈਕਟ ਸ਼ੁਰੂ ਹੋ ਗਿਆ। ਕਿਹੜੇ ਬੰਦਿਆਂ ਦੀ ਹੈ ਜੀ? ਨਹੀਂ, ਮੈਂ ਇਸ ਉੱਤੇ ਸਖਤੀ ਨਾਲ ਫੈਸਲਾ ਲੈਣਾ। ਜੇ ਮੈਂ ਤੁਹਾਨੂੰ ਇੱਕ ਗੱਲ ਇੱਥੇ ਖੜ ਕੇ ਵਾਅਦਾ ਕਰਦੀ ਹਾਂ, ਜੇ ਉਹ ਇਲੀਗਲ ਨਿਕਲੀ, ਗਲਤ ਨਿਕਲੀ,
ਉਹ ਬਣੀ ਬਣਾਈ ਮੈਂ ਢਾਉਣੀ ਹੈ, ਜਿਹੜਾ ਵੀ ਬੰਦਾ ਬਣਾ ਰਿਹਾ ਇਹਦੀ ਕੱਲ ਦੀ ਕੱਲ ਮੈਂ ਇਹਦੀ ਜਿਹੜੀ ਕਾਰਵਾਈ ਉਹ ਕਰਵਾਉਣੀ ਹੈ ਵੀ ਇਹ ਕੌਣ ਬੰਦਾ ਨਦੀ ਵਿੱਚ ਜਿਹੜੀ ਪ੍ਰਾਈਵੇਟ ਕਲੋਨੀ ਹੈ ਕਹਿ ਰਹੇ ਨੇ ਪਲਾਟ ਲੈ ਲੈਂਦੇ ਆ ਜੀ, ਉਸ ਤੋਂ ਬਾਅਦ 12 ਮੰਦਿਰ ਦੇ 2 ਮਕਾਨ ਡਿੱਗੇ ਸੀ, ਉਹਨਾਂ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ। ਹਾਂਜੀ, ਤੇ ਜੇਕਰ ਇਸ ਕਲੋਨੀ ਦੇ ਵਿੱਚ ਵੀ ਅਜਿਹੀ ਕੋਈ ਘਟਨਾ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਰਦੀ ਤਾਂ ਸ਼ਹਿਰ ਨੂੰ ਵੀ ਵੱਡਾ ਨੁਕਸਾਨ ਹੋਊਗਾ। ਨਹੀਂ ਨਹੀਂ ਨਹੀਂ, ਆਪਾਂ ਬਣ ਨਹੀਂ ਦਿੰਦੇ, ਸਾਡਾ ਇਹਨਾਂ ਨਾਲ ਕੋਈ ਲਾਗ ਡਾਟ ਨਹੀਂ ਹੈ। ਜੇ ਤੁਹਾਨੂੰ ਲੱਗਦਾ ਹੋਵੇ ਨਾ, ਸਾਨੂੰ ਮੈਨੂੰ ਤੇ ਜਾਣਕਾਰੀ ਤੁਹਾਡੇ ਤੋਂ ਇਹ ਮਿਲੀ ਹੈ ਕਿ ਗਰਾਊਂਡ ਉੱਤੇ ਤੇ ਜੇ ਜਿਹੜੇ ਅਫਸਰ ਨੇ ਨਦੀ 'ਚ ਕਲੋਨੀ ਪਾਸ ਕੀਤੀ ਹੋਈ ਉਹਦੀ ਵੀ ਕੋਈ ਖੈਰ ਨਹੀਂ ਹੈ। ਦੇਖੋ ਇਹਨਾਂ ਨੂੰ ਨੋਟਿਸ ਕੱਢੇ ਹੋਏ ਨੇ, ਇਹਨਾਂ ਨੇ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਨੂੰ ਕੋਈ ਨਾ ਕੋਈ ਵਹਿਮ ਆ। ਜਿਹੜੇ ਵੀ ਕੋਲੋਨਾਈਜ਼ਰ ਨੇ, ਜਿਹੜੇ ਵੀ ਬਿਲਡਰ ਨੇ ਖਰੜ ਦੇ ਚਾਹੇ ਕਰਾਲੀ ਦੇ ਚਾਹੇ ਨਯਾ ਗਾਓਂ ਦੇ, ਪੈਸੇ ਦੇਣੇ ਨੇ, ਪੈਸੇ ਦੇ ਦਿਓ, ਨਹੀਂ ਅਸੀਂ ਕਢਾਵਾਂਗੇ ਤੁਹਾਡੇ ਤੋਂ। ਸਾਨੂੰ ਕਢਾਉਣੇ ਆਉਂਦੇ ਨੇ, ਚੰਗੀ ਤਰ੍ਹਾਂ ਕਢਾਵਾਂਗੇ।